अमृतसर ਦੇ ਵਿੱਚ ਵੱਖ ਵੱਖ ਜਗ੍ਹਾਵਾਂ ਉੱਤੇ ਹੋਲੀ ਦਾ ਤਿਉਹਾਰ ਮਨਾਇਆ ਗਿਆ। ਉੱਤੇ ਹੀ ਵੱਖ ਵੱਖ ਧਾਰਮਿਕ ਸਥਾਨਾਂ ਉੱਤੇ ਵੱਖ ਵੱਖ ਭਾਈਚਾਰਿਆਂ ਦੇ ਲੋਕਾਂ ਵੱਲੋਂ ਪ੍ਰਾਤਨ ਰੀਤੀ ਰਿਵਾਜਾਂ ਅਨੁਸਾਰ ਕਈ ਧਾਰਮਿਕ ਸਥਾਨਾਂ ਉੱਤੇ ਫੁੱਲਾਂ ਦੀ ਵਰਖਾ ਕਰਕੇ ਕਈ ਜਗ੍ਹਾਵਾਂ ਉੱਤੇ ਇਤਰ ਗੁਲਾਬ ਅਤੇ ਹੋਰ ਤਰ੍ਹਾਂ ਦੇ ਫੁੱਲਾਂ ਦੇ ਨਾਲ ਹੋਲੀ ਮਨਾਈ ਗਈ। ਅੰਮ੍ਰਿਤਸਰ ਦੇ ਸ਼੍ਰੀ ਹਰਗੋਬਿੰਦ ਸਿੰਘ ਵਿਖੇ ਹਰ ਸਾਲ ਦੀ ਤਰ੍ਹਾਂ ਅੱਜ ਵੀ ਹੋਲਾ ਮੁਹੱਲਾ ਸ਼ਹਿਰ ਵਾਸੀਆਂ ਅਤੇ ਦੂਰ ਦੁਰੇਡੇ ਤੋਂ ਆਈਆਂ ਸੰਗਤਾਂ ਨੇ ਵੱਖ ਵੱਖ ਮਹਿਕਾਂ ਵਾਲੇ ਸੈਂਟ ਅਤੇ ਗੁਲਾਬ ਅਤੇ ਹੋਰ ਫੁੱਲਾਂ ਨੂੰ ਪਾਲਕੀ ਸਾਹਿਬ ਉੱਤੇ ਵਰਖਾ ਕਰਕੇ ਹੋਲਾ ਮੁਹੱਲਾ ਦਾ ਤਿਉਹਾਰ ਮਨਾਇਆ ਗਿਆ। हर साल महाराज का होला महला का गुरपुरब देखने आईदा वै संगतं दूर दराडे तो आदियां ने ते गुरु महाराज दी खुशियां प्राप्त कर दियां। दसम पातशाह जी ने जिहड़ा होली का लोग गंद खेडदे सी ना तो उन्होंने महाराज ने कहा भी नहीं गंद नहीं पाना गुलाल पाओ तो सारिया संगतां दा आपस प्यार करो तो एक दूजे उत्ते फुल्लां दी वरखा करो। हाँ इतर इत्थे बंद हो गया हुण अज फिर वरत्या गया गलती है उन्होंने नहीं वरतना चाहिए इतर जरा अखा च पैंता पिछली बार रोकया ही उन्होंने पर संगत फिर भी उत्साह वरत लेंदिया ने पर नहीं वरतना चाहिए किसी अखा च पै जाता बच्चों की अखा च पै जाता वै इस करके अं सबू बेनती करते हैं कि गुलाब के फुलों की वरखा की जाए तो महाराज दुशियां लिया जा दसम पातशाह दुशियां। हाँ जी वाहेगुरू जी का खालसा वाहेगुरू जी की फतेह। मैं थोड़ा अपना JDS PB02 वाले ठीक है वीर जी जो कि मेरा चैनल चलता वा
ਤੇ ਮੈਂ ਤੁਹਾਡਾ ਜਸਦੀਪ ਸਿੰਘ ਸੱਪਲ ਠੀਕ ਹੈ ਵੀਰ ਜੀ ਜੋ ਕਿ ਪਰਫਿਊਮ ਦੀ ਅੱਜ ਪਰਫਿਊਮ ਨਾਲ ਅਤੇ ਕੀ ਨਾ ਕਹਿੰਦਾ ਫੁੱਲਾਂ ਦੀ ਵਰਖਾ ਨਾਲ ਅੰਦਰ ਜੋ ਵੀ ਹੋਲੀ ਖੇਡੀ ਗਈ ਜਿੱਦਾਂ ਕਿ ਹਜ਼ੂਰ ਸਾਹਿਬ ਠੀਕ ਹੈ ਜੀ ਗੁਲਾਲ ਨਾਲ ਹੋਲੀ ਖੇਡਦੇ ਆ ਹੋਰ ਵੀ ਸਟੇਟਾਂ 'ਚ ਵੱਖਰੇ ਵੱਖਰੇ ਸਟੇਟਾਂ 'ਚ ਇੱਥੇ ਲੈ ਕੇ ਵੀ ਲਾਉਂਦੇ ਆ ਵੀ ਪਰਫਿਊਮ ਨਾ ਵਰਤੋ ਅੱਜ ਨਹੀਂ ਲਾਇਆ ਕੋਈ ਬੈਨਰ ਨਹੀਂ ਦਿਖਿਆ ਪਰ ਹਰ ਸਾਲ ਦੀ ਤਰ੍ਹਾਂ ਹਰ ਸਾਲ ਲਾਉਂਦੇ ਆ ਬੈਨਰ ਵੀ ਕੀ ਨਾ ਕਹਿੰਦਾ ਪਰਫਿਊਮ ਨਾਲ ਹੋਲੀ ਨਹੀਂ ਖੇਡਣੀ ਚਾਹੀਦੀ ਪਰ ਪਿਛਲੇ ਸਾਲ ਲਿਖ ਕੇ ਲਿਖਿਆ ਵੀ ਸੀ ਅਤੇ ਬੇਨਤੀ ਵੀ ਕੀਤੀ ਸੀ ਵੀ ਨਾ ਪਰਫਿਊਮ ਵਰਤੋ ਪਰ ਉਸ ਹਿਸਾਬ ਦੇ ਨਾਲ ਜੋ ਕਿ ਪਹਿਲੇ ਸਾਲ ਦੀ ਤਰ੍ਹਾਂ ਦੇ ਹਿਸਾਬ ਨਾਲ ਨਾ ਬਹੁਤ ਘੱਟ ਆ ਅੱਜ ਜਿੱਦਾਂ ਗੁਲਾਬ ਦੇ ਫੁੱਲ ਹੋਰ ਸੂਰਜਮੁਖੀ ਦੇ ਫੁੱਲ ਕੋਈ ਕਈ ਤਰ੍ਹਾਂ ਦੇ ਫੁੱਲ ਫਲਾਵਰਸ ਸੀ ਜਿਹੜੇ ਕਿ ਫੁੱਲਾਂ ਦੀ ਵਰਖਾ ਹੋ ਰਹੀ ਸੀ ਠੀਕ ਹੈ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮੇਰਾ ਨਾਮ ਜਗਤਾਰ ਸਿੰਘ ਹਾਂਜੀ ਭਾਅ ਜੀ ਭਾਅ ਜੀ ਰੂਹ ਖੁਸ਼ ਹੋ ਗਈ ਜੀ ਭਾਅ ਜੀ ਅੰਦਰ ਜਾ ਕੇ ਅਤੇ ਦਰਸ਼ਨ ਕਰਕੇ ਅਤੇ ਬਹੁਤ ਆਨੰਦ ਹੀ ਆ ਗਿਆ ਜੀ ਵਾਹਿਗੁਰੂ ਜੀ ਸੰਗਤ ਵੇਖ ਕੇ ਅਤੇ ਭਾਅ ਜੀ ਲੱਗਦਾ ਦੂਰੋਂ ਦੂਰੋਂ ਸੰਗਤ ਆਈ ਅੱਜ ਬਹੁਤ ਵਧੀਆ ਲੱਗਾ ਵਾਹਿਗੁਰੂ ਜੀ ਜਿਸ ਤਰ੍ਹਾਂ ਇੱਤਰ ਵਰਤਦੇ ਨੇ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਜੇ ਕਿਸੇ ਦੀ ਅੱਖਾਂ 'ਚ ਪੈ ਜਾਵੇ ਪਰਫਿਊਮ ਤਾਂ ਹਾਂਜੀ ਮੇਰੇ ਹਿਸਾਬ ਨਾਲ ਕਰਨਾ ਚਾਹੀਦਾ ਜੀ ਬੰਦ ਬਾਕੀ ਫੁੱਲਾਂ ਦੇ ਜਿਹੜੇ ਹੋਏ ਆ ਬਹੁਤ ਵਧੀਆ ਹੋਇਆ ਜੀ ਅਤੇ ਹਰ ਸਾਲ ਵੈਸੇ ਫੁੱਲਾਂ ਦੇ ਨਾਲ ਹੀ ਹੋਣਾ ਚਾਹੀਦਾ ਜੀ ਅਤੇ ਪਰਫਿਊਮ ਵਗੈਰਾ ਲੋਕਾਂ ਨੂੰ ਨਹੀਂ ਲੈ ਕੇ ਆਉਣਾ ਚਾਹੀਦਾ ਹਾਂਜੀ ਹਾਂਜੀ ਲੋਕਲ ਹੈਗੇ ਜੀ ਰੋਜ਼ ਹੀ ਆਈਦਾ ਹਰ ਸਾਲ ਨਹੀਂ ਰੋਜ਼ ਹੀ ਆਈਦਾ ਜੀ ਜਗਤਾਰ ਸਿੰਘ ਜੀ